ਸ੍ਰੀ ਮਾਨਯੋਗ SSP ਸਰਦਾਰ ਗੁਰਲੀਨ ਸਿੰਘ ਖਰਾਨਾ, ਸਾਡੇ DSP ਸਾਹਿਬ ਸੋਟਾ ਜੀ, ਸਾਡੇ SPD ਸਾਹਿਬ IPS ਗੌਰਵ ਤੁਰਾ ਜੀ, ਉਹਨਾਂ ਦੀ ਸਖ਼ਤ ਹਦਾਇਤਾਂ ਦੇ ਮੁਤਾਬਕ ਜੋ ਅਸੀਂ ਜਿਹੜੇ ਮਾੜੇ ਅੰਸ਼ਰ ਆ ਉਹਨਾਂ ਦੀ ਜਲਦੀ ਤੋਂ ਜਲਦੀ ਪੈਟਰੋਲਿੰਗ ਕਰਦੇ ਹਾਂ, ਰੋਜ਼ ਇਨਫੋਰਮੇਸ਼ਨ ਇਕੱਠੀ ਕਰਦੇ ਹਾਂ। ਸਾਨੂੰ ਇਹ ਇਨਫੋਰਮੇਸ਼ਨ ਆਈ ਸੀ ਕਿ ਸਾਡੇ ਜਿਹੜੇ ਕਿ ਲੋਹਾਰਕਾ ਰੋਡ ਵਾਲੀ ਸਾਈਡ 'ਤੇ ਕੈਮਰੀ ਸਕੂਲ ਦੇ ਲਾਗੇ ਇੱਕ ਨੌਜਵਾਨ ਮੁੰਡਾ ਜਿਹਦੇ ਕੋਈ ਹਥਿਆਰਾਂ ਦਾ ਪਹਿਲਾਂ ਵੀ ਕੋਈ ਕੰਮ ਕਰਦਾ, ਜਿਹਨੇ ਹਥਿਆਰਾਂ ਦੀ ਖਰੀਦ ਕੀਤੀ ਆ, ਕਿ ਉਹ ਇੱਧਰ ਨੂੰ ਆ ਰਿਹਾ, ਜੇ ਰਾਊਂਡ ਅਪ ਕੀਤਾ ਜਾਏ ਤਾਂ ਭਾਰੀ ਮਾਤਰਾ 'ਚ ਹਥਿਆਰ ਬਰਾਮਦ ਹੋ ਸਕਦੇ ਆ। ਜੋ ਸਾਡੀ ਪੁਲਿਸ ਪਾਰਟੀ ਨੇ ਸਾਰੀਆਂ ਨੇ ਮਤਹਿਤ ਹੋ ਕੇ ਉਸ ਜਗ੍ਹਾ 'ਤੇ ਨਾਕਾ ਲਗਵਾਇਆ, ਅਤੇ ਜਦੋਂ ਇਸੇ ਗੱਡੀ ਇਹ ਸਵਿਫਟ ਕਾਰ 'ਤੇ ਵਾਈਟ ਕਲਰ ਦੀ 'ਤੇ ਆ ਰਿਹਾ ਸੀ, ਜਦੋਂ ਇਹਨੂੰ ਨਾਕੇ 'ਤੇ ਰੋਕਿਆ ਇਹਨੇ ਗੱਡੀ ਬੈਕ ਕਰਨ ਦੀ ਕੋਸ਼ਿਸ਼ ਕੀਤੀ। ਸਾਡੀ ਪੁਲਿਸ ਪਾਰਟੀ ਦੀ ਮੁਸਤੈਦੀ ਨਾਲ ਇਹਨੂੰ ਜਲਦੀ ਰਾਊਂਡ ਅਪ ਕੀਤਾ ਗਿਆ। ਰਾਊਂਡ ਅਪ ਕਰਕੇ ਜਦੋਂ ਇਹਦੀ ਸਰਚ ਕੀਤੀ ਗਈ, ਇੱਕ ਦਬ 'ਚੋਂ ਇਹਦੇ ਪਿਸਟਲ ਅਤੇ 4 ਇਹਦੇ ਡੈਸ਼ਬੋਰਡ 'ਚੋਂ ਅਤੇ ਇੱਕ ਦੇਸੀ ਕੱਟਾ, ਟੋਟਲ 5 ਪਿਸਟਲ ਅਤੇ ਇੱਕ ਦੇਸੀ ਕੱਟਾ, ਕੁਛ ਰਾਊਂਡ, ਕੁਛ ਮੈਗਜ਼ੀਨ, ਇਹ ਸਾਨੂੰ ਬਰਾਮਦ ਹੋਏ ਆ। ਅਤੇ ਬਰਾਮਦ ਹੋਣ ਤੋਂ ਬਾਅਦ ਅਸੀਂ ਇਹਦੇ ਜਿਹੜਾ ਮੁਕੱਦਮਾ ਨੰਬਰ 218 ਮਿਤੀ 28/7/2021 ਅੰਡਰ ਸੈਕਸ਼ਨ 25 ਆਮ ਸੈਕਟ ਦੇ ਤਹਿਤ ਇੱਥੇ ਥਾਣਾ ਕੰਬੋਜ ਵਿਖੇ ਅਸੀਂ ਪਰਚਾ ਦਰਜ ਕਰਤਾ ਜੀ। ਅਤੇ ਅਗਲੀ ਮੋੜੀ ਦੀ ਜਿਹੜੀ ਤਫਤੀਸ਼ ਹੈ ਲਿਆਉਂਦੀ ਜਾਏਗੀ ਕਿ ਕਿੱਥੋਂ ਲਿਆਉਂਦਾ, ਕੀ ਕਰਦਾ, ਕੀ ਇਹ ਕੰਮ ਕਰਦਾ, ਹੋਰ ਇਹਨੂੰ ਕਿੰਨੇ ਸਪਲਾਈ ਕੀਤੀ, ਨਹੀਂ ਕੀਤੀ, ਉਹ ਸਾਰੀ ਤਫਤੀਸ਼ 'ਚ ਲਿਆਉਂਦੀ। ਕਿਹੜੀ ਗੱਡੀ 'ਚ ਲੈ ਕੇ ਆ ਰਿਹਾ? ਇਹ ਸਵਿਫਟ ਵਾਈਟ ਕਲਰ ਦੀ ਗੱਡੀ ਸੀ, ਉਹ 'ਚ ਇਹ ਲੈ ਕੇ ਆ ਰਿਹਾ ਸੀ। ਕਿੰਨੇ ਬੰਦੇ ਹੋ ਰਹੇ ਨਾਲ? ਇਹਦੇ ਨਾਲ ਇਕੱਲਾ ਸੀ ਇਹਨੇ, ਇਹ ਉਹ ਗਾਂ ਸਾਰੇ ਪਤਾ ਲੱਗਿਆ ਕਿ ਇਹਨੂੰ ਸਪਲਾਈ ਕਿਹਨੂੰ ਕਰਨ ਜਾ ਰਿਹਾ ਸੀ, ਕਿਹਨੂੰ ਦੇਣੇ ਸੀ, ਉਹ ਤਫਤੀਸ਼ 'ਚ ਹੀ ਲਿਆਵਾਂਗੇ। ਹਜੇ ਤੱਕ ਇਹਦੇ ਐਜ਼ ਪਰ ਟੂ ਰਿਕਾਰਡ, ਹਜੇ ਤੱਕ ਅੱਜ ਦੀ ਡੇਟ ਤੱਕ ਟਿਲ ਡੇਟ ਸਾਨੂੰ ਇਹਦਾ ਕੋਈ ਪਰਚਾ ਨਹੀਂ ਹਜੇ ਲੱਭਿਆ। ਹੋਰ ਅੱਗੇ ਫਰਦਰ ਪ੍ਰੋਸੀਡਿੰਗ ਇਹਦੀ ਜਾਰੀ ਹੈ, ਇਹਦੇ ਜਿਹੜੇ ਸਾਰੇ ਇਹਦੇ ਕੰਪਲੇਂਟਸ ਵੀ ਵੇਖਾਂਗੇ, ਜਾਂ ਕਿਸੇ ਨੇ ਕੋਈ ਦਿੱਤੀ ਹੈ ਜਾਂ ਕੋਈ ਅਦਰ ਪ੍ਰੋਸੀਡਿੰਗ ਅੰਡਰ ਦਾ ਇੰਸਟਰਕਸ਼ਨ ਆਫ ਆਵਰ ਵਰਦੀ ਅਫਸਰਸ, ਉਹਨਾਂ ਦੀ ਅਤੇ ਅਮਲ ਕਰਨੀ ਚਾਹੀਦੀ। ਲਿੰਕ ਇਹ ਯੂਟਿਊਬ ਤੋਂ ਜੀ, ਮੈਨੂੰ ਇਹਦੇ ਦੱਸਣ ਮੁਤਾਬਕ ਅਸੀਂ ਉਹ ਵੀ ਵੇਖ ਰਹੇ ਹਾਂ, ਯੂਟਿਊਬ ਤੋਂ ਇਹਦਾ ਲਿੰਕ ਬਣਿਆ ਹੈ। ਯੂਟਿਊਬ 'ਤੇ ਮੈਂ ਚੈੱਕ ਕਰਨਾ ਪਊਗਾ ਕਿ ਕੋਈ ਸਾਈਟਾਂ ਇਹੋ ਜਿਹੀਆਂ ਬਣੀਆਂ ਜਿਹੜੀਆਂ ਕੋਈ ਵੈਪਨ ਬਾਰੇ ਦਿੰਦੀਆਂ ਨੌਲੇਜ ਜਾਂ ਕੀ ਆ, ਉਹ ਸਾਰੀਆਂ ਚੈੱਕ ਕਰਕੇ ਉਹ ਅੰਡਰ ਇਨਵੈਸਟੀਗੇਸ਼ਨ ਪਾਰਟ ਆ, ਉਹ ਜੋ ਵੀ ਅਗਰ ਫਰਦਰ ਆਈ ਜਾਊਗਾ ਉਹ ਅਸੀਂ ਇਨਵੈਸਟੀਗੇਸ਼ਨ 'ਚ ਲਿਆਈ ਜਾਊਗਾ। ਗੱਡੀ ਹਜੇ ਤੱਕ ਫਰਦਰ ਇਹਦੀ ਡਿਟੇਲ ਇਹਦੇ ਨਾਂ 'ਤੇ ਨਹੀਂ ਨਿਕਲੀ, ਇਹ ਕਿਸੇ ਇਹਦੇ ਪਿੰਡ ਦਾ ਹੀ ਬੰਦਾ ਕੋਈ, ਉਹਦੇ ਨਾਂ 'ਤੇ ਆ ਗੱਡੀ, ਉਹ ਫਰਦਰ ਚੈੱਕ ਕੀਤੀ ਜਾਊਗੀ ਕਿ ਇਹਨੇ ਖੋਈ ਆ ਗੱਡੀ, ਚੋਰੀ ਕੀਤੀ ਆ, ਕੀ ਕੀਤੀ ਆ, ਜੋ ਵੀ ਉਹ ਜੇ ਚੋਰੀ ਦੀ ਹੋਈ ਤਾਂ ਉਹਦੀ ਸੈਕਸ਼ਨ ਵਧਾ ਕੇ ਇਹਦੀ ਉਹਦੇ ਉੱਤੇ ਵੀ ਕਰ। ਵੈਪਨ ਇਹਦੇ ਦੱਸਣ ਮੁਤਾਬਕ ਇਹਨੇ UP ਦੇ ਸਾਨੂੰ ਕੰਟੈਕਟਸ ਲਿਖਾਏ ਆ, ਪਰ ਉਹਨਾਂ ਦੇ ਨਾਂ ਨਹੀਂ ਇਹਨੂੰ ਵੀ ਪਤਾ ਕਲੀਅਰਲੀ, ਉਸੇ ਅਸੀਂ ਡਰੈਸ ਵੀ ਕਢਾਵਾਂਗੇ, UP ਦੇ ਉਹਨਾਂ ਨਾਮਜ਼ਦ ਵੀ, ਜੇ ਪੂਰੇ ਨਾਮ ਕਲੀਅਰ ਕਰਕੇ ਉਹਨਾਂ ਨੂੰ ਨਾਮਜ਼ਦ ਕਰਕੇ ਫਰਦਰ ਉਹਨਾਂ ਨੂੰ ਨੋਮੀਨੇਟ ਕਰਕੇ ਮੁਕੱਦਮੇ 'ਚ ਅਗਲੀ ਕਾਰਵਾਈ ਅਮਲ 'ਚ ਕਰਨੀ ਹੈ। ਇਹ ਕੰਟਰੀ ਮੇਡ ਆ ਜੀ, ਇਹ ਕੰਟਰੀ UP ਮੇਡ, ਕੰਟਰੀ ਮੇਡ ਜਿਹੜੇ ਪਿਸਟਲ ਹੁੰਦੇ ਆ, ਤੁਸੀਂ ਜਿਹੜੇ ਪਹਿਲਾਂ ਵੀ ਵੇਖੇ ਫੜੇ ਉਹੀ ਪਿਸਟਲ ਆ, ਇੱਕ ਦੇਸੀ ਕੱਟਾ ਹੈ, ਉਹਦੇ ਨਾਲ ਰਾਊਂਡ ਵੀ ਆ, ਕੁਛ ਮਿਲੇ ਸਾਨੂੰ ਗੋਲੀਆਂ ਵੀ ਜੀ, ਸਾਨੂੰ 8 ਰਾਊਂਡ 32 ਬੋਰ ਦੇ, ਇੱਕ ਰਾਊਂਡ 315 ਜਿਹੜਾ ਕੱਟੇ 'ਚ ਪੈਂਦਾ ਉਹ। ਬਾਜੀਕਾਮ TV ਲਈ ਅੰਮ੍ਰਿਤਸਰ ਤੋਂ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ।